ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਕਹਾਣੀਆਂ ਤੂੰ ਪਾਣੀ ਲੱਸੀ ਚਾਟੀ ਵਿੱਚੋਂ ਕੱਢ ਕੇ ਪਿਆ ਨੀ ਐਵੇਂ ਹੋਰ ਨਾ ਕਹਾਣੀਆਂ ਤੂੰ ਪਾਣੀ ਲੱਸੀ ਚਾਟੀ ਵਿੱਚੋਂ ਕੱਢ ਕੇ ਪਿਆ ਨੀ ਤੂੰ ਕਿਸੇ ਸਿਰ ਚੀਸਾਂ ਪੈਂਦੀਆਂ ਖਾਧੀ ਖਾਧੀ ਪੀਤੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿਹੜਾ ਯਾਦ ਰਹਿੰਦੀਆਂ ਉਹ ਪੀਤੀ ਖਾਧੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ ਹੋਰਨਾ ਕਹਾਣੀਆਂ ਤੂੰ ਪਾਣੀ ਲੱਸੀ ਜਾਟੀ ਵਿੱਚੋਂ ਕੱਢ ਕੇ ਪਿਆ ਨੀ ਐਵੇਂ ਹੋਰਨਾ ਕਹਾਣੀਆਂ ਤੂੰ ਪਾਣੀ ਲੱਸੀ ਜਾਟੀ ਵਿੱਚੋਂ ਕੱਢ ਕੇ ਪਿਆ ਨੀ ਦੁਖੇ ਸਿਰ ਚੀਸਾਂ ਪੈਂਦੀਆਂ ਰਾਤੀ ਖਾਧੀ ਪੀਤੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ ਉਹ ਪੀਤੀ ਖਾਧੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ ਹਾਥੀ ਨਿੱਕਾ ਜਿਹਾ ਘੱਟੇ ਵਾਂਗੂ ਜਾਪਦਾ ਨੀ ਊਠ ਮੈਨੂੰ ਲੱਗੇ ਬੱਕਰੀ ਕਦੋਂ ਦਾਰੂ ਦਾ ਸਰੂਰ ਹੁੰਦਾ ਚੜਿਆ ਨੀ ਉਦੋਂ ਹੁੰਦੀ ਗੱਲ ਵੱਖਰੀ ਹਾਥੀ ਨਿੱਕਾ ਜਿਹਾ ਘੱਟੇ ਵਾਂਗੂ ਜਾਪਦਾ ਨੀ ਊਠ ਮੈਨੂੰ ਲੱਗੇ ਬੱਕਰੀ ਜਦੋਂ 4 ਕੁ ਵਜੇ ਨਾ ਅੱਖ ਖੁੱਲਦੀ ਜਦੋਂ 4 ਕੁ ਵਜੇ ਨਾ ਅੱਖ ਖੁੱਲਦੀ ਤੇ ਫੇਰ ਕਿੱਥੋਂ ਨੀਂਦਾਂ ਪੈਂਦੀਆਂ ਹਾਥੀ ਬੀਤੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿਹੜਾ ਯਾਦ ਰਹਿੰਦੀਆਂ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ ਬਣਾ ਤੂੰ ਤੈਨੂੰ ਟੋਪ ਦੀ ਰਾਤ ਨੂੰ ਸੀਨ
ਘਾਟਾ ਵਾਟਾ ਭੋਰਾ ਵੀ ਨਹੀਂ ਜਾਪਦਾ ਨੀ, ਸਾਰੇ ਦੁੱਖ ਭੁੱਲ ਜਾਈ ਤੇ ਰੱਬ ਨਾਲ ਹੋਣ ਗੱਲਾਂ ਸਿੱਧੀਆਂ ਨੀ, ਜਦੋਂ ਪੈਗ ਚਾਰ ਲਾਈ ਦੇ ਉਦੋਂ ਘਾਟਾ ਵਾਟਾ ਭੋਰਾ ਵੀ ਨੀ ਜਾਪਦਾ ਨੀ, ਸਾਰੇ ਦੁੱਖ ਭੁੱਲ ਜਾਈ ਦੇ ਜਦੋਂ ਰਾਤ ਦੇ ਵਪਾਰੀ ਲੱਦੇ ਜਾਣ, ਜਦੋਂ ਰਾਤ ਦੇ ਵਪਾਰੀ ਚਲੇ ਜਾਣ, ਫਿਰ ਸੋਚਾਂ ਘੇਰ ਲੈਂਦੀਆਂ ਰਾਤੀ ਖਾਧੀ ਪੀਤੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿਹੜਾ ਯਾਦ ਰਹਿੰਦੀਆਂ, ਉਹ ਪੀਤੀ ਖਾਧੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ, ਪੀਤੀ ਖਾਧੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ, ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ, ਰਾਤੀ ਪੀਤੀ ਖਾਧੀ ਵਿੱਚ ਗੱਲਾਂ ਕੀਤੀਆਂ ਸਵੇਰੇ ਕਿੱਥੋਂ ਯਾਦ ਰਹਿੰਦੀਆਂ, ਸਦਾ ਨੀ ਜ਼ਮੀਨਾਂ ਪਈਆਂ ਰਹਿਣੀਆਂ ਵਿੱਚ ਵੱਡੇ ਡਾਡੂ ਕਾ ਕਹਾਉਂਦੇ ਮਾਰਦੇ ਸੀ ਬੜਾ ਵੱਡੇ ਡਾਡੂ ਕਾ ਕਹਾਉਂਦੇ ਨੇ, ਤਪੂ ਕੇ ਦਵਕਾਰੇ ਕਿਹੜਾ ਚੱਲਿਆ ਕਰੂ, ਉਹਨਾਂ ਸੱਪ ਦੀ ਸਰੀਰ ਨੂੰ ਅਸਲ ਆ ਰਿਹਾ ਨੀ, ਨਿੱਤ ਗੋਲੀ ਨਿੱਤ ਗੋਲੀ ਚੱਲਿਆ ਕਰੂ, ਪਹਿਲਾਂ ਸੱਪ ਦੀ ਸਰੀਰ ਨੂੰ ਹੱਥ ਪਾ ਲਿਆ ਨੀ, ਨਿੱਤ ਗੋਲੀ ਚੱਲਿਆ ਕਰੂ, ਮਾਰਦੇ ਸੀ ਬੜਾ ਵੱਡੇ ਡਾਡੂ ਕਾ ਕਹਾਉਂਦੇ ਨੇ, ਤਪੂਕੇ ਦਵਕਾਰੇ ਕਿਹੜਾ ਚੱਲਿਆ ਕਰੂ, ਉਹਨਾਂ ਸੱਪ ਦੀ ਸਰੀਰ ਨੂੰ ਹੱਥ ਲਾ ਲਿਆ ਨੀ, ਨਿੱਤ ਗੋਲੀ ਨਿੱਤ ਗੋਲੀ ਚੱਲਿਆ ਕਰੂ, ਪਹਿਲਾਂ ਸੱਪ ਦੀ ਸਰੀਰ ਨੂੰ ਹੱਥ ਪਾ ਲਿਆ ਨੀ, ਨਿੱਤ ਗੋਲੀ ਚੱਲਿਆ ਕਰੂ, ਪਰ ਆਵਣ ਵਾਲੇ
ਸੂਰਮਾ ਦਲੇਰ ਮਾਨੇ ਜੰਮਿਆ, ਉਹ ਕਿਹੜਾ ਸੂਰਮਾ ਦਲੇਰ ਮਾਨੇ ਜੰਮਿਆ ਜੋ ਸਾਡੀ ਮਾਰ ਝੱਲਿਆ ਕਰੂ। ਉਹਨਾਂ ਸੱਪ ਦੀ ਸਰੀਰ ਨੂੰ ਹੱਥ ਲਾ ਲਿਆ ਨੀ ਨਿੱਤ ਗੋਲੀ, ਉਹ ਨਿੱਤ ਗੋਲੀ ਚੱਲਿਆ ਕਰੂ। ਪਹਿਲਾਂ ਸੱਪ ਦੀ ਸਰੀਰ ਨੂੰ ਹੱਥ ਪਾ ਲਿਆ ਨੀ ਨਿੱਤ ਗੋਲੀ ਚੱਲਿਆ ਕਰੂ। ਹੱਲਿਆ ਕਰੂ, ਉਹਨਾਂ ਸੱਪ ਦੀ ਸਰੀਰ ਨੂੰ ਹੱਥ ਲਾ ਲਿਆ ਨੀ ਨਿੱਤ ਗੋਲੀ, ਉਹ ਨਿੱਤ ਗੋਲੀ ਚੱਲਿਆ ਕਰੂ। ਪਹਿਲਾਂ ਸੱਪ ਦੀ ਸਰੀਰ ਨੂੰ ਹੱਥ ਪਾ ਲਿਆ ਨੀ ਨਿੱਤ ਗੋਲੀ ਚੱਲਿਆ ਕਰੂ। ਇੱਕ ਵਾਰੀ ਮਾਰੀਆਂ ਤਾੜ ਲਗੀ ਸਵਾਦ ਨਹੀਂ ਆਇਆ, ਤਾੜੀਆਂ ਮਾਰੋ ਖੁੱਲ ਖੁੱਲ ਪਤਾ ਨਹੀਂ ਕੀ ਗੱਲ ਸੁਸਤ ਹੋਈ ਬੈਠੀ, ਖਿੜਕੇ ਰਹੋ ਗੁਲਾਬ ਕਿਆ ਬਾਤ ਆ। ਬਹੁਤ ਸਰ ਆ ਮੇਰਾ ਵੀਰ 100 ਰੁਪਇਆ ਫੇਰ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਮਾਣ ਕਰ ਗਿਆ, ਤਾੜੀ ਲਾ ਦਿਓ ਇੱਕ ਵਾਰੀ ਜ਼ੋਰਦਾਰ।
ਗੁਰਮੁਖ ਸਿੰਘ ਜੀ ਭੁੱਲਰ ਸਾਹਿਬ ਨਿਊਜ਼ੀਲੈਂਡ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਆਇਆ। ਅੰਮ੍ਰਿਤਪਾਲ ਸਿੰਘ ਜੀ USA, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਆਇਆ। ਸਾਬਕਾ ਸਰਪੰਚ ਮਹਿੰਦਰ ਪ੍ਰਤਾਪ ਸਿੰਘ ਜੀ, ਮਹਿੰਦਰਪਾਲ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ। ਸੋ ਮੇਰੇ ਵੀਰ ਸੁਖਜਿੰਦਰ ਸ਼ੇਰਾ ਹਰਮੀਤ ਆਸਟ੍ਰੇਲੀਆ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ। ਅਮਨਦੀਪ ਕੌਰ ਤੇ ਕੁਲਦੀਪ ਕੌਰ ਬੇਟੀ, ਇਹਨਾਂ ਦੀ ਫਾਈਲ ਲੱਗੀ ਹੈ ਇੰਗਲੈਂਡ ਦੀ। ਪੀਰ ਪਾਤਸ਼ਾਹ ਅੱਗੇ ਦੁਆ ਕਰਦੇ ਹੈ ਕਿ ਇਹ ਇੰਗਲੈਂਡ ਜਾਵਣ ਅਤੇ ਅਸੀਂ ਵੀ ਖਾੜਾ ਲਵਾਵਾਂ। ਸਾਰੇ ਜਣੇ ਹੱਥ ਜੋੜ ਕੇ ਦੁਆ ਕਰੋਗੇ ਇਹ ਬੇਟੀਆਂ ਇੰਗਲੈਂਡ ਜਾਵਣ, ਇਸੇ ਤਰ੍ਹਾਂ ਫਿਰ ਇਸ ਪਰਿਵਾਰ ਵੱਲੋਂ ਵੀ ਖੜਾ ਲਵਾਇਆ ਜਾਊਗਾ। ਸੋ ਰਾਮ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ। 100 ਰੁਪਇਆ ਸਰਪੰਚ ਪ੍ਰਿਥਵੀਪਾਲ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ। ਵੈ ਦਲੀਪ ਸਿੰਘ ਸਵਰਗਵਾਸੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ। ਪਰ ਵੀ ਪਰਿਵਾਰ ਵੱਲੋਂ ਸਪੈਸ਼ਲ 500 ਰੁਪਇਆ ਮਾਣ ਤਹਿ